الله رب العالمين والله والصلاة والسلام على رسول الكريم وعلى أما بعد فأعوذ بالله من الشيطان الرجيم بسم الله الرحمن الرحيم ثاني اثنين إذ هما في الغار إذ يقول لصاحبه لا تحزن إن الله معنا صدق اللہ مولانا العظیم سارے بلی عقیدت دے نال ایک دو مرتبہ درود شریف پڑھ لو الصلاۃ والسلام علیک یا سیدی یا رسول اللہ نہایت ہی واجب الاحترام علماء کرام قابل قدر حاضرین و سامعین اج دا یہ مقدس پروگرام والد محترم پیر سید نواب علی شاہ صاحب رحمت اللہ علیہ دے عرس دا پروگرام اور نال نال برادر محترم خطیب اسلام مفسر قرآن صاحبزادہ پیر سید شبیر حسین شاہ صاحب رحمت اللہ علیہ اسال سوا واسطے
ਉਹਨਾਂ ਦੇ ਇਸਾਲੇ ਸਵਾਬ ਵਾਸਤੇ ਇਹਤਮਾਮ ਕੀਤਾ ਗਿਆ। ਅੱਲਾ ਪਾਕ ਸਦਕਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਤੁਹਾਨੂੰ ਸਾਰਿਆਂ ਨੂੰ, ਵੱਡਿਆਂ ਛੋਟਿਆਂ ਸਾਰਿਆਂ ਨੂੰ, ਮੌਲਾਨਾ ਗੁਲਾਮ ਗੌਸ ਸਾਹਿਬ ਦੀ ਔਰ ਜਿੰਨੇ ਵੀ ਤੁਸੀਂ ਮੇਰੇ ਬੱਚਿਆਂ ਜੈਸੇ ਹੋ, ਬਾਈਆਂ ਜੈਸੇ ਹੋ, ਜਿਸ ਅਕੀਦਤ ਨਾਲ ਤੁਸੀਂ ਇਹਤਮਾਮ ਕਰਦੇ ਹੋ, ਮੈਂ ਇਹੀ ਕਹਿ ਸਕਣਾ ਕਿ ਅੱਲਾ ਪਾਕ ਤੁਹਾਨੂੰ ਅਜਰੇ ਅਜ਼ੀਮ ਅਤਾ ਫਰਮਾਏ, ਤੁਹਾਡੇ ਘਰ ਬਾਰ ਉਮਰ ਰਿਜ਼ਕ ਅੰਦਰ ਅੱਲਾ ਪਾਕ ਮਜ਼ੀਦ ਬਰਕਤਾਂ ਅਤਾ ਫਰਮਾਏ। ਮੈਂ ਜੋ ਮੇਰੇ ਜ਼ਿੰਮੇ ਮੌਜੂ ਹੈ, ਮੈਂ ਮਜ਼ੀਦ ਨਹੀਂ ਕੁਛ ਕਹਿ ਸਕਦਾ। ਅਗਰ ਇਹ ਕਹਿੰਦਾ ਰਿਹਾ ਤਾਂ ਫਿਰ ਤਕਰੀਰ ਸ਼ਾਇਦ ਨਾ ਹੋ ਸਕੇ। ਮੈਂ ਮੌਜੂ ਲਾਉਂਦਾ, ਇੱਧਰ ਤਵੱਜੋ ਕਰਨਾ ਚਾਹੁੰਦਾ। ਉਹ ਇੱਕੋ ਹੀ ਗੱਲ ਹੈ, ਪਿੰਡ ਦਾ ਕੋਈ ਬੰਦਾ ਵੀ ਮੈਨੂੰ ਮਿਲਦਾ, ਕੋਈ ਮੇਰੇ ਤੋਂ ਉਮਰੋਂ ਵੱਡੇ ਹੋ, ਕੋਈ ਛੋਟੇ ਹੋ, ਕਈ ਉਹ ਛੋਟੇ ਛੋਟੇ ਬੱਚੇ ਨੇ ਜਿਹੜੇ ਜਵਾਨ ਹੋਏ ਨੇ, ਜਿਹੜੇ ਮੈਨੂੰ ਪੁੱਛਣੇ ਪੈਂਦੇ ਨੇ ਤੂੰ ਕਿਹਦਾ ਪੁੱਤਰ ਹੈ। ਤੁਸੀਂ ਲੋਕ ਇੰਨੇ ਕੁ ਸਾਡੇ ਘਰ ਨਾਲ ਪਿਆਰ ਕਰਦੇ ਹੋ, ਅਕੀਦਤ ਰੱਖਦੇ ਹੋ, ਕੋਈ ਬੰਦਾ ਬਾਈਜਾਨ ਨੂੰ ਅਜੇ ਭੁੱਲ ਨਹੀਂ ਸਕਿਆ। ਮੈਂ ਜ਼ਿੰਦਗੀ ਦੇ ਦਿਨ ਪੂਰੇ ਕਰਨਾ ਪਿਆ, ਇਕੱਲਾ ਰਹਿ ਗਿਆ। ਮੈਂ ਅੱਜ ਪਿੰਡ 'ਚ ਆਇਆ, ਪਿਛਲੇ ਸਾਲ ਅੱਬਾ ਹੀ ਦਾਊਰਤ ਸੀ, ਅਸੀਂ ਦੋਹਾਂ ਭਰਾਵਾਂ ਖਿਤਾਬ ਕੀਤਾ ਸੀ। ਬਹਰਹਾਲ ਅੱਲਾ ਪਾਕ ਦੀ ਰਜ਼ਾ ਹੈ, ਅੱਲਾ ਪਾਕ ਹਰ ਮੁਸਲਮਾਨ ਦੀ ਕਬਰ ਮੁਨੱਵਰ ਫਰਮਾਏ। ਜਿੰਨੇ ਵੀ ਮੁਸਲਮਾਨ ਮਰਦ ਔਰਤ ਛੋਟੇ ਬੜੇ ਫੌਤ ਹੋ ਚੁੱਕੇ ਨੇ, ਮਿਲ ਕੇ ਦੁਆ ਫਰਮਾਓ ਅੱਲਾ ਪਾਕ ਹਰ ਮੁਸਲਮਾਨ ਦੀ ਕਬਰ ਨੂੰ ਜੰਨਤ ਦਾ ਬਾਗ ਬਣਾਏ। ਜਿਹਦੇ ਵਾਸਤੇ ਕੋਈ ਦੁਆ ਕਰਨ ਵਾਲਾ ਨਹੀਂ ਰਿਹਾ, ਉਹਦੇ ਵਾਸਤੇ ਵੀ ਦੁਆ ਕਰੋ ਕਿ ਅੱਲਾ ਪਾਕ ਸਭ ਦੀ ਬਖਸ਼ਿਸ਼ ਫਰਮਾਏ। ਖਸੂਸਨ ਤੁਸੀਂ ਮੇਰੇ ਜਿਹੜੇ ਸਾਹਮਣੇ ਬੈਠੇ ਹੋ, ਮੈਨੂੰ ਪਤਾ ਕਿਹਦਾ ਕਿਹਦਾ ਬਾਪ ਫੌਤ ਹੋਇਆ, ਮੈਂ ਤੁਹਾਨੂੰ ਸਾਰਿਆਂ ਨੂੰ ਜਾਣਨਾ ਕਿਹਦਾ ਕੋਈ ਬੱਚਾ ਫੌਤ ਹੋਇਆ, ਕਿਹਦੀ ਬੇਟੀ ਫੌਤ ਹੋਈ ਹੈ, ਕਿਹਦੀ ਬੀਵੀ ਫੌਤ ਹੋਈ ਹੈ, ਕਿਹਦਾ ਭਾਈ ਫੌਤ ਹੋਇਆ, ਮੈਂ ਸਾਰਿਆਂ ਦਾ ਮੈਨੂੰ ਪਤਾ। ਮੈਂ ਇੱਕ ਇੱਕ ਦਾ ਨਾਂ ਲੈ ਸਕਦਾ ਜਿਹੜੇ ਤੁਸੀਂ ਬੈਠੇ ਹੋ, ਮੈਨੂੰ ਪਤਾ ਤੁਹਾਡਾ ਕਿਹੜਾ ਕਿਹੜਾ ਫੌਤ ਹੋਇਆ। ਮੈਂ ਤੁਹਾਡੇ ਸਾਰਿਆਂ ਵਾਸਤੇ ਦੁਆ ਗੋਵਾਂ, ਅੱਲਾ ਪਾਕ ਜੇ ਕਿਸੇ ਦੀ ਬੀਵੀ ਬਾਈ ਬੱਚਾ ਬਹਿਣ ਬੇਟਾ ਫੌਤ ਹੋ ਗਿਆ, ਅੱਲਾ ਪਾਕ ਉਹਨਾਂ ਦੀ ਬਖਸ਼ਿਸ਼ ਫਰਮਾਏ, ਅੱਲਾ ਪਾਕ ਉਹਨਾਂ ਦੀ ਕਬਰ ਮੁਨੱਵਰ ਫਰਮਾਏ, ਅੱਲਾ ਪਾਕ ਉਹਨਾਂ ਦੀ ਆਖਰਤ ਬਿਹਤਰ ਫਰਮਾਏ, ਅੱਲਾ ਪਾਕ